ਪੰਜਾਬ ਲੇਬਰ ਪ੍ਰਧਾਨ ਪ੍ਰਦੇਸ਼ ਯੂਨੀਅਨ ਦਾ ਹੋਇਆ ਇਜਲਾਸ ਸ਼ਹਿਰ ਬਰਨਾਲਾ ਵਿਖੇ। ਇੱਕ ਮੰਚ ਤੇ ਹੋਈਆਂ ਇਕੱਠੀਆਂ ਲੇਬਰ ਯੂਨੀਅਨ ਦੀਆਂ ਸ਼ਖਸੀਅਤਾਂ ਪੰਜਾਬ ਸ਼ਹਿਰ ਬਰਨਾਲਾ ਵਿਖੇ। ਸਰਬਸੰਮਤੀ ਨਾਲ ਹੋਈ ਚੋਣ ਸ਼ਹਿਰ ਬਰਨਾਲਾ ਵਿਖੇ। ਲੋਕਾਂ ਵੱਲੋਂ ਵਾਹ ਵਾਹ ਹੋਈ ਚੇਅਰਮੈਨ ਸ਼ਿੰਦਰਪਾਲ ਜਨਰਲ ਸੈਕਟਰੀ ਬਰਨਾਲੇ ਦੀ। ਜੀ ਹਾਂ, ਆਪਾਂ ਗੱਲ ਕਰਦੇ ਹਾਂ ਪੰਜਾਬ ਲੇਬਰ ਯੂਨੀਅਨ ਬਰਨਾਲਾ ਵਿਖੇ ਪੰਜਾਬ ਪ੍ਰਧਾਨ ਦੀ ਸਰਬਸੰਮਤੀ ਨਾਲ ਹੋਈ ਚੋਣ ਦੀ। ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ ਸ਼ਿਵ ਲਾਲ ਬਠਿੰਡੇ ਤੋਂ, ਚੇਅਰਮੈਨ ਸ਼ਿੰਦਰਪਾਲ ਬਰਨਾਲੇ ਤੋਂ ਅਤੇ ਦਰਸ਼ਨ ਸਿੰਘ ਜਨਰਲ ਸੈਕਟਰੀ ਬਰੇਟੇ ਤੋਂ। ਸਾਡੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਸਾਡੀ ਲੇਬਰ ਯੂਨੀਅਨ ਅਤੇ ਲੇਬਰ ਵਰਕਰਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਸੀਂ ਸ਼ਹਿਰ ਬਰਨਾਲਾ ਵਿਖੇ 2 ਦਿਨ ਦਾ ਇਜਲਾਸ ਕੀਤਾ, ਜਿਸ ਵਿੱਚ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਪਹੁੰਚੀਆਂ। ਸਾਡੇ ਇਜਲਾਸ ਵਿੱਚ ਸਾਰੇ ਜਥੇਬੰਦੀਆਂ ਦੀ ਸਹਿਮਤੀ ਨਾਲ ਚੇਅਰਮੈਨ ਦੇ ਪ੍ਰਧਾਨ ਦੀ ਚੋਣ ਹੋਈ ਅਤੇ ਬਾਕੀ ਰਹਿੰਦੀ ਕਮੇਟੀ ਦੀ ਇਹਨਾਂ ਵੱਲੋਂ ਹੀ ਚੋਣ ਕੀਤੀ ਜਾਵੇਗੀ। ਸਾਡੇ ਮੀਡੀਆ ਨਾਲ ਗੱਲ ਕਰਦੇ ਹੋਏ ਸਰਦਾਰ ਸ਼ਿੰਦਰਪਾਲ ਚੇਅਰਮੈਨ ਨੇ ਦੱਸਿਆ ਕਿ ਸਾਡੇ ਕਿਸੇ ਵੀ ਲੇਬਰ ਯੂਨੀਅਨ ਅਤੇ ਲੇਬਰ ਨਾਲ ਸਰਕਾਰ ਵੱਲੋਂ ਧੱਕਾ ਨਹੀਂ ਕੀਤਾ ਜਾਵੇਗਾ ਅਤੇ ਮਜ਼ਦੂਰ ਭਾਈਚਾਰੇ ਨਾਲ ਮੈਂ ਪਹਿਲਾਂ ਵੀ ਖੜਾ ਸੀ ਅਤੇ ਹੁਣ ਵੀ ਦਿਨ ਰਾਤ ਇਹਨਾਂ ਦੀ ਸੇਵਾ ਵਿੱਚ ਰਹਾਂਗਾ। ਹਜ਼ਾਰਾਂ ਹੀ ਲੇਬਰ ਯੂਨੀਅਨ ਦੇ ਖਾਣ ਪੀਣ ਦਾ ਪ੍ਰਬੰਧ ਚੇਅਰਮੈਨ ਸ਼ਿੰਦਰਪਾਲ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ। ਸਾਰੇ ਸੀਨੀਅਰ ਆਪ ਜਨਰਲ ਸੈਕਟਰੀ ਸਾਹਿਬ ਸਾਰੇ ਜਿਹੜੇ ਆ ਇਹ ਪਾਸੇ ਨਹੀਂ ਚਲੇ ਜਾਣਗੇ। ਇਹ ਨਹੀਂ ਅੱਜ ਕੋਈ ਜ਼ਿੰਮੇਵਾਰੀ ਕਿਸੇ ਦੂਜੇ ਦੇ ਸੌਂਪਤੀ ਅਤੇ ਪਾਸਾ ਵੱਟ ਕੇ ਨਿਕਲ ਜਾਣ, ਇਹ ਨਹੀਂ ਹੋਣਾ। ਇਹਨਾਂ ਕੋਲ ਤਜਰਬਾ, ਇਹਨਾਂ ਨੇ ਪਹਿਲਾਂ ਕੰਮ ਕੀਤਾ, ਉਸ ਕੰਮ ਨੂੰ ਆਪਾਂ ਅੱਗੇ ਲੈ ਕੇ ਜਾਣਾ। ਜਿੱਥੇ ਕਿਤੇ ਉਲਝਣ ਪਈ ਆ ਉਹ ਗੰਢਾ ਖੋਲ੍ਹਣ ਵਾਸਤੇ ਇਹਨਾਂ ਨੇ ਸਾਨੂੰ ਸਹਾਈ ਹੋਣਾ। ਇਸ ਕਰਕੇ ਸਾਰੀ ਜਿਹੜੀ ਲੀਡਰਸ਼ਿਪ ਹੈ ਉਹ ਇੱਕ ਸਲਾਹਕਾਰ ਬੋਰਡ ਹੋਏਗਾ, ਸਲਾਹਕਾਰ ਕਮੇਟੀ ਹੋਏਗੀ, ਉਹਦੇ ਮੈਂਬਰ ਹੋਣਗੇ। ਇਹਨਾਂ ਨੂੰ ਰਾਏ ਲੈ ਕੇ ਇਹਨਾਂ ਦੇ ਮੁਤਾਬਕ ਜਿਹੜਾ ਇਹਨਾਂ ਨੂੰ ਸਲਾਹ ਮਸ਼ਵਰਾ ਕਰਕੇ ਕੀ ਕਰਨਾ, ਕਿਸ ਤਰ੍ਹਾਂ ਇਹ ਸਾਡੇ ਸਨਮਾਨਯੋਗ ਅਹੁਦੇਦਾਰ ਸਲਾਹਕਾਰ ਕਮੇਟੀ ਦੇ ਮੈਂਬਰ ਹੋਣਗੇ। ਦੂਜੀ ਗੱਲ ਇਹ, ਠੀਕ ਹੈ, ਤੀਜੀ ਗੱਲ ਜਿਹੜੀ ਹੈਗੀ ਆ ਕਿ ਹੁਣ ਜਿਹੜੇ ਅਹੁਦੇਦਾਰਾਂ ਦਾ ਬਣਿਆ ਸਰਬਸੰਮਤੀ ਦੇ ਨਾਲ ਜੋ ਕੁਛ ਪ੍ਰੋਗਰਾਮ ਬਣਿਆ ਉਹਨੂੰ ਪ੍ਰਵਾਨ ਕਰਨਾ ਹੈ। ਇਹਦੇ 'ਚ ਭਾਵੇਂ ਕਿਸੇ ਨੂੰ ਕੋਈ ਉਨੀ ਇੱਕੀ ਲੱਗੇ, ਆਪਾਂ ਛੋਟਾ ਮੁਫਾਦ ਨਹੀਂ ਵੇਖਣਾ ਵੀ ਮੇਰੇ ਡਿਪੂ ਦਾ ਨਹੀਂ ਬਣਿਆ। ਚੇਅਰਮੈਨ ਸਰਪ੍ਰਸਤ ਉਹ ਹਾਂਜੀ ਬੋਲਿਓ ਸ਼ਿੰਦਰਪਾਲ ਜੀ ਬਰਨਾਲੇ ਵਾਲੇ ਬਰਨਾਲੇ ਦੇ, ਹਾਂਜੀ ਦੋਸਤੋ ਨਾਲ ਨਾਲ ਖੜੇ ਹੋ ਜਾਣਾ ਲੀਡਰ ਸਾਹਿਬਾਨ ਨੇ। ਸ਼ਿੰਦਰਪਾਲ ਕਿੱਥੇ ਆ? ਹਾਂ ਗਿਆ ਭੇਜਿਆ। ਹਾਂਜੀ ਪ੍ਰਧਾਨ ਸ਼੍ਰੀ ਸ਼ਿਵ ਲਾਲ ਬਠਿੰਡਾ ਵਾਲੇ ਦਰਸ਼ਨ ਬਰੇਟਾ ਜੀ ਜਨਰਲ ਸਕੱਤਰ, ਦਰਸ਼ਨ ਬਰੇਟਾ ਜੀ ਜਨਰਲ ਸਕੱਤਰ ਬਰੇਟਾ ਵਾਲੇ ਜਰਨੈਲ ਸਿੰਘ, ਜਰਨੈਲ ਸਿੰਘ ਸੰਗਰੂਰ ਤੋਂ ਸੀਨੀਅਰ ਮੀਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਪੰਜਾਬ। ਬੇਨਤੀ ਹੈ ਵੀ ਸਾਰੇ ਹੱਥ ਖੜੇ ਕਰਕੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰੋ ਵੀ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਅਸੀਂ ਪੰਜਾਬ ਇੰਟਕ ਵੱਲੋਂ ਵੀ ਪਾਸ ਕਰਾਂਗੇ ਵੀ ਸਤਪਾਲ ਨੂੰ ਜਿਹੜੀ ਆ ਉਹ ਟਿਕਟ ਦਿੱਤੀ ਜਾਵੇ ਪਿਛਲੀ ਵਾਰ ਵਾਂਗੂ ਕਾਂਗਰਸ ਪਾਰਟੀ ਦੀ, ਤਾਂ ਉਹਨੂੰ ਆਪਾਂ ਜਿਤਾਵਾਂਗੇ। ਸਾਰੇ ਸਰਬਸੰਮਤੀ ਨਾਲ ਮਤਾ ਪਾਸ ਕਰੋ। ਮੈਂ ਡਾਕਟਰ ਸੁਭਾਸ਼ ਸ਼ਰਮਾ ਪੰਜਾਬ ਪ੍ਰਦੇਸ਼ ਇੰਟਕ ਦਾ ਪ੍ਰੈਜ਼ੀਡੈਂਟ ਹਾਂ। ਮੈਂ ਪਹਿਲਾਂ ਧੰਨਵਾਦੀ ਹਾਂ, ਮੈਨੂੰ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਸਾਡੀ ਜਿਹੜੀ ਆ ਬਹੁਤ ਵੱਡੀ ਯੂਨੀਅਨ ਆ, ਇਹਨਾਂ ਨੇ ਅੱਜ 7ਵਾਂ ਇਜਲਾਸ ਕੀਤਾ ਹੈ ਇੱਥੇ ਬਰਨਾਲਾ ਵਿਖੇ, ਉਹਦੇ ਵਿੱਚ ਮੈਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਬੁਲਾਇਆ। ਮੈਂ ਇਹਨਾਂ ਦਾ ਧੰਨਵਾਦੀ ਹਾਂ, ਬੜੀ ਵਧੀਆ ਜਥੇਬੰਦੀ ਆ ਅਤੇ ਇਹਨਾਂ ਦਾ ਅੱਜ ਚੋਣ ਦਾ ਪ੍ਰੋਗਰਾਮ ਸੀਗਾ, ਉਹਦੇ ਵਿੱਚ ਵੀ ਬੜੀ ਖੁਸ਼ੀ ਦੀ ਗੱਲ ਆ ਭਈ ਐਡੀ ਵੱਡੀ ਯੂਨੀਅਨ ਦੇ ਬਾਵਜੂਦ ਸਰਬਸੰਮਤੀ ਨਾਲ ਸਾਰਿਆਂ ਲੋਕਾਂ ਦੀ ਰਾਏ ਦੇ ਨਾਲ ਇਹ ਜਿਹੜੀ ਚੋਣ ਕੀਤੀ ਗਈ ਆ, ਉਹਦੇ ਵਿੱਚ ਸ਼ਿੰਦਰਪਾਲ ਸਿੰਘ ਬਰਨਾਲੇ ਦੇ ਜਿਹੜੇ ਆ ਇਹਨਾਂ ਨੂੰ ਚੇਅਰਮੈਨ ਸਰਪ੍ਰਸਤ ਬਣਾਇਆ ਗਿਆ ਅਤੇ ਆਪਣੇ ਜਿਹੜੇ ਸ਼ਿਵ ਲਾਲ ਜੀ ਬਠਿੰਡੇ ਤੋਂ ਨੇ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ, ਠੀਕ ਹੈ, ਅਤੇ ਬਾਕੀ ਕੁਛ ਅਹੁਦੇਦਾਰ ਬਣਾ ਦਿੱਤੇ, ਬਾਕੀ ਦੇ ਅਹੁਦੇਦਾਰ ਬਾਅਦ 'ਚ ਕਮੇਟੀ ਆਪ ਬਣਾਏ ਗਏ। ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਜੋ ਕਮੇਟੀ ਗਠਨ ਕੀਤੀ ਹੈ, ਕੀ ਮੁਸ਼ਕਲਾਂ? ਨਹੀਂ ਕੁਛ ਨਹੀਂ ਹੁੰਦਾ ਉਹਦੇ 'ਚ, ਵੇਖੋ ਜਿਹੜੇ ਥੱਲੇ ਵਾਲੇ ਨਾ ਲੀਡਰਾਂ ਦਾ ਮੁਸ਼ਕਲ ਘੱਟ ਹੁੰਦੀ ਆ, ਜਿਹੜੇ ਥੱਲੇ ਸਪੋਰਟਰ ਹੁੰਦੇ ਆ ਉਹਨਾਂ ਦੀ ਮੁਸ਼ਕਲ ਹੁੰਦੀ ਆ, ਹਰ ਕਿਸੇ ਦਾ ਵੇਖੋ ਹੁੰਦਾ ਹੈ ਅਤੇ ਹੱਕ ਆ ਜਮਹੂਰੀ ਹੱਕ ਹੈ ਆਪਣਾ ਵੀ ਉਹ ਚਾਹੁਣ ਵੀ ਸਾਡਾ ਬੰਦਾ ਜਿਹੜਾ ਪ੍ਰਧਾਨ ਬਣੇ, ਸਾਡਾ ਬੰਦਾ ਜਨਰਲ ਸੈਕਟਰੀ ਬਣੇ, ਸਾਡਾ ਬੰਦਾ ਹੀ ਚੇਅਰਮੈਨ ਬਣੇ, ਉਹਦੇ 'ਚ ਹੈਗਾ। ਪਰ ਜਿਹੜਾ ਫੈਸਲਾ ਹੋਇਆ ਉਹ ਸਰਬਸੰਮਤੀ ਨਾਲ ਹੋਇਆ, ਕਿਸੇ 'ਚ ਕੋਈ ਮਤਲਬ ਮਲ ਮਲਾਟ ਨਹੀਂ ਹੈ, ਉਹਨਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਹੈ, ਸਾਰਿਆਂ ਨਾਲ ਕੀਤਾ ਹੈ। ਅੱਗੇ ਸਾਡੇ ਵਾਸਤੇ ਸਮੱਸਿਆ ਅੱਗੇ ਹੋਰ ਵੱਡੀ ਆ ਵੀ ਇਹਨਾਂ ਦੇ ਵਿੱਚ ਠੇਕੇਦਾਰੀ ਦੀ ਲਾਹਨਤ ਬੜੀ ਵੱਡੀ ਪੁਰਾਣੀ ਚੱਲੀ ਆਉਂਦੀ ਆ। ਮੁੱਖ ਮੰਤਰੀ ਸਾਹਿਬ ਨੇ ਉਦੋਂ ਸਾਡੇ ਨਾਲ ਗੱਲ ਕੀਤੀ ਸੀਗੀ, ਉਹਦੇ ਵਾਸਤੇ ਉਪਰਾਲੇ ਵੀ ਕੀਤੇ, ਕਮੇਟੀ ਵੀ ਬਣੀ, ਕਈ ਕੁਛ ਹੋਇਆ, ਪਰ ਜੋ ਕੁਛ ਅਸੀਂ ਚਾਹੁੰਦੇ ਸੀ ਉਹ ਨਹੀਂ ਨਿਕਲਿਆ। ਉਹਦੇ ਵਿੱਚ ਉਲਟਾ ਪੁਲਟਾ ਅਫਸਰਸ਼ਾਹੀ ਨੇ ਕੀਤਾ, ਉਹਨੂੰ ਠੀਕ ਸਿੱਧਾ ਕਰਨਾ ਸੀ, ਅਤੇ ਅੱਜ ਅਸੀਂ ਇਹ ਸੰਕਲਪ ਕੀਤਾ ਵੀ ਇਹ ਅਸੀਂ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਆਪਣਾ ਭਾਵੇਂ ਸਾਨੂੰ ਐਜੀਟੇਸ਼ਨ ਕਰਨੀ ਪਏ,
ਭਾਵੇਂ ਕੋਈ ਮੇਲ ਮਿਲਾਪ ਕਰਨਾ ਪਵੇ, ਉਹ ਸਾਰੇ ਤਰੀਕੇ ਵਰਤ ਕੇ ਇਹ ਜਿਹੜੀ ਸਾਡੀ ਜਿਸ ਤਰ੍ਹਾਂ ਦੀ ਅਸੀਂ ਚਾਹੁੰਦੇ ਹਾਂ ਠੇਕੇਦਾਰੀ ਦੀ ਲਾਹਣਤ ਇੱਥੋਂ ਪੱਲੇਦਾਰਾਂ 'ਚੋਂ ਖਤਮ ਹੋਵੇ, ਉਹਨੂੰ ਖਤਮ ਕਰਾਉਣ ਵਾਸਤੇ ਅਸੀਂ ਕੰਮ ਕਰਦੇ ਹਾਂ। ਹਾਂਜੀ, ਮਤਲਬ ਜੋ ਹੈ ਮੈਂ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਪੰਜਾਬ ਦੇ ਡਿਪੂ ਨੇ ਮੈਨੂੰ ਆਪਦੀ ਸਰਬਸੰਮਤੀ ਨਾਲ ਪੰਜਾਬ ਦਾ ਪ੍ਰਧਾਨ ਬਣਾਇਆ ਹੈ ਔਰ ਮੈਂ ਇਹਨਾਂ ਨੂੰ ਇੰਨਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਿਹੜੇ ਹੌਸਲੇ ਨਾਲ ਮੈਨੂੰ ਪ੍ਰਧਾਨ ਬਣਾਇਆ ਹੈ ਮੈਂ ਇਹਨਾਂ ਦੀ ਸਾਰੀ ਉਮੀਦਾਂ 'ਤੇ ਖਰਾ ਉਤਰੂੰਗਾ। ਮੈਂ ਜਿੰਨੀ ਵੀ ਕੋਈ ਤਾਕਤ ਹੈ, ਜੇ ਵੀ ਕੋਈ ਗੱਲ ਹੈ, ਮਤਲਬ ਜੋ ਹੈ ਜਿਹੜੀ ਇਹਨਾਂ ਦੀ ਹੈ ਦਿੱਤੀ ਹੋਈ ਤਾਕਤ ਹੈ ਉਹ ਇਹਨਾਂ ਦੇ ਰਾਹੀਂ ਇਹਨਾਂ ਨੇ ਹੀ ਵਰਤਣਗੇ। ਇਹ ਨਹੀਂ ਕਿ ਮੈਂ ਆਪਦੇ ਨਿੱਜੀ ਤੌਰ 'ਤੇ ਕੋਈ ਕੰਮ ਕਰਾਂਗਾ, ਇਹ ਮੈਂ ਇਹਨਾਂ ਨੂੰ ਵਾਅਦਾ ਕਰਦਾ ਹਾਂ। ਔਰ ਆਉਣ ਵਾਲਾ ਟਾਈਮ ਦਾ ਜਿਹੜਾ ਹੈਗਾ, ਜਿਵੇਂ ਅੱਜ ਜਿਹੜੀ ਪੋਜੀਸ਼ਨ ਚੱਲੀ ਹੈ ਸੈਂਟਰ ਸਰਕਾਰ ਨੇ ਕੀਤਾ ਹੋਇਆ, ਜਿਹੜਾ ਕ੍ਰਿਸ਼ੀ ਕਾਨੂੰਨ ਬਿੱਲ, ਇਹ ਅਸੀਂ ਬਹੁਤ ਵਿਰੋਧ ਕਰਦੇ ਹਾਂ ਇਹਦਾ, ਔਰ ਇਹ ਮਤਲਬ ਜੋ ਹੈ ਰੱਦ ਹੋਣਾ ਚਾਹੀਦਾ ਹੈ, ਕਿਉਂਕਿ ਕਿਸਾਨ ਔਰ ਮਜ਼ਦੂਰ ਇੱਕ ਹੀ ਗੱਲ ਹੈ। ਜਦੋਂ ਕਿਸਾਨ ਦੇ ਕੁਛ ਹੋਊਗਾ ਤਾਂ ਮਜ਼ਦੂਰ ਵੀ ਮਤਲਬ ਜੋ ਹੈ ਬੁਰੀ ਚੱਕੂਗਾ। ਇਸ ਕਰਕੇ ਅਸੀਂ ਕਹਿੰਦੇ ਹਾਂ ਜਿਹੜਾ ਇਹ ਕਾਨੂੰਨ ਬਣਾਇਆ ਹੈ ਕਾਲਾ ਕਾਨੂੰਨ, ਇਹਨੂੰ ਮਤਲਬ ਫੌਰੀ ਤੌਰ 'ਤੇ ਰੱਦ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ। ਹੁਣ ਅਸੀਂ ਸੋਚ ਰਹੇ ਹਾਂ ਆਹ ਸਾਡੀ ਚੋਣ ਹੋਈ ਹੈ, ਇਹਦੇ ਬਾਅਦ 'ਚ ਕੋਈ ਅਸੀਂ ਬਣਾ ਕੇ ਕਮੇਟੀ ਜੀ ਉਸ 'ਚ ਅਸੀਂ ਵੀ ਮਤਲਬ ਭਾਗ ਲੈਂਗੇ, ਵੱਧ ਚੜ੍ਹ ਕੇ ਹਿੱਸਾ ਲੈਂਗੇ, ਔਰ ਮਤਲਬ ਹੋ ਸਕਦਾ ਸਾਨੂੰ ਥਾਂ ਥਾਂ ਰੈਲੀਆਂ ਕਰਨੀ ਪਈ ਕੰਮ ਬੰਦ ਕਰਕੇ, ਅਸੀਂ ਉਹ ਵੀ ਕਰਾਂਗੇ। ਸ਼ੋਰਟ ਜਿਹੇ ਹੈ ਜੀ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ, ਜਿਵੇਂ ਠੇਕੇਦਾਰੀ ਸਿਸਟਮ ਖਤਮ ਕਰਨਾ, EPF ਅੱਧੋ-ਅੱਧੀ ਹੋਣਾ, ਇਨਕਮ ਟੈਕਸ ਨਾ ਕੱਟਣਾ, ਔਰ ਜਿਹੜਾ 4% ECI ਕੱਢਦਾ ਉਹ ਨਾ ਕੱਟਿਆ ਜਾਵੇ। ਜਾਣੀ ਸਰਕਾਰ ਨੇ ਜਿਹੜਾ ਸਾਨੂੰ ਵਧੂਆ ਮਜ਼ਦੂਰ ਬਣਾ ਕੇ ਰੱਖਿਆ ਉਹ 'ਤੇ ਸੰਘਰਸ਼ 'ਤੇ ਪਹਿਰਾ ਦੇਵਾਂਗੇ ਜੀ, ਉਹ ਸੰਘਰਸ਼ ਕਰਾਂਗੇ। ਸ਼ੋਰਟ 'ਚ ਇਹ ਗੱਲ ਹੈਗੀ ਜੀ, ਇਸ 'ਤੇ ਗੱਲ ਹੈਗੀ ਆ, ਜਿਵੇਂ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਅਸੀਂ ਲਿਖਿਆ ਜੀ, ਉਹ 'ਤੇ ਵੀ ਲਿਖਿਆ ਜੀ, ਪੋਸਟਰਾਂ 'ਤੇ ਵੀ ਲਿਖਿਆ ਜੀ, ਜਾਣੀ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਹੈ। ਔਰ ਇਸ 'ਤੇ ਇੱਕੋ ਗੱਲ ਹੈਗੀ ਆ ਕਿ ਅਸੀਂ ਜਿਹੜੀਆਂ ਸਾਡੀਆਂ ਲਟਕਦੀਆਂ ਮੰਗਾਂ ਨੇ ਇਹ 'ਤੇ ਪਹਿਰਾ ਦੇਵਾਂਗੇ ਔਰ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਹਾਂਜੀ। ਅਸੀਂ ਜੀ ਸਭ ਤੋਂ ਪਹਿਲਾਂ ਅੱਜ ਜਨਰਲ ਸੈਕਟਰੀ ਬਣੇ ਹਾਂ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ। ਅਸੀਂ ਤਨਦੇਹੀ ਨਾਲ ਕੰਮ ਕਰਾਂਗੇ, ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ, ਜੋ ਸਾਡੀ ਸੂਬਾ ਟੀਮ ਹੈ ਸਾਰੀ ਉਹਦੇ ਨਾਲ ਰਲ ਮਿਲ ਕੇ ਪੂਰਾ ਤਨਦੇਹੀ ਨਾਲ ਕੰਮ ਕਰਾਂਗੇ। ਜਿਹੜੀ ਸਰਕਾਰ ਮਾਰੂ ਨੀਤੀ ਮਜ਼ਦੂਰ ਮਾਰੂ ਨੀਤੀਆਂ ਕਰਦੀ ਉਹਦੇ ਖਿਲਾਫ਼ ਡਟ ਕੇ ਪਹਿਰਾ ਦੇਵਾਂਗੇ, ਔਰ ਜਿਹੜੀ ਅੱਜ ਕਿਸਾਨਾਂ ਦੇ ਖਿਲਾਫ਼ ਨਾਲ ਧੱਕੇਸ਼ਾਹੀ ਹੋ ਰਹੀ ਹੈ ਉਸ ਦੇ ਖਿਲਾਫ਼ ਵੀ ਅਸੀਂ ਪੂਰਾ ਡਟ ਵੱਜ ਕੇ ਖੜਾਂਗੇ ਔਰ ਪੂਰਾ ਜ਼ੋਰ ਸ਼ੋਰ ਨਾਲ ਮਤਲਬ ਅਸੀਂ ਉਹ ਕਰਾਂਗੇ, ਜਵਾਬ ਦੇਵਾਂਗੇ। ਮੈਂ ਜਨਰਲ ਸੈਕਟਰੀ ਹਾਂ ਜੀ ਪੰਜਾਬ ਦਾ ਸਾਬਕਾ, 100% 110% ਸਹਿਮਤ ਹਾਂ ਸ਼ਿਵਲਾਲ ਤੇ। ਇਹਨਾਂ ਨੇ ਹੀ ਜਥੇਬੰਦੀ ਦੇ ਪੈਰ ਲਾਏ ਹੋਏ ਨੇ ਜੀ, ਪੁਰਾਣੇ ਵਰਕਰ ਨੇ ਸਾਡੇ ਅਹੁਦੇਦਾਰ ਨੇ, ਇਹਨਾਂ ਨੇ ਜਥੇਬੰਦੀ ਬਣਾਈ ਹੈ, ਇਹ ਸਾਰਾ ਕੁਝ ਜਾਣਦੇ ਨੇ ਜੀ, ਗਰਾਊਂਡ ਲੈਵਲ 'ਤੇ ਹੈਗੇ ਨੇ, ਇਹ ਵਰਕਰ ਦਾ ਵੀ ਦੁੱਖ ਜਾਣਦੇ ਨੇ, ਸਰਕਾਰਾਂ ਨਾਲ ਟੱਕਰ ਲੈਣ ਵੀ ਜਾਣਦੇ ਨੇ, ਸਾਨੂੰ ਪੂਰੀ ਉਮੀਦ ਹੈ। ਜਿਹੜੀ ਅੱਜ ਦੀ ਜਿੱਤ ਹੈ ਜੀ ਇਹ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਦੀ ਜਿੱਤ ਹੈ, ਔਰ ਮੈਂ ਪ੍ਰਧਾਨ ਨਹੀਂ ਬਣਿਆ, ਮੈਂ ਤਾਂ ਇੱਕ ਸੇਵਾਦਾਰ ਬਣਿਆ ਜੀ, ਸਾਥੀ ਬਣਿਆ ਜੀ, ਤੁਸੀਂ ਸਾਰਿਆਂ ਦੇ ਹਾਰ ਪਾਏ ਨੇ, ਇਹ ਪ੍ਰਧਾਨ ਬਣਿਆ ਜੀ, ਅੱਛਾ ਇਹ ਬਣਿਆ ਜੀ, ਮੈਂ ਵਾਹ ਜੀ ਸਾਡਾ ਸ਼ਰਮਾ